ਦੇਸ਼ ਵਿਦੇਸ਼ਾਂ ਵਿੱਚ ਬੈਠੇ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਨਾਲ ਸਾਂਝ ਪਾਣ ਲਈ ਆਪ ਸਾਰੇ ਦਸ਼ਕਾ ਦਾ ਸਵਾਗਤ ਹੈ। ਗੁਰੂ ਕੀ ਪੈਰੀ ਸਾਧ ਸੰਗਤ ਜੀਓ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਅਹਿਮ ਤੇ ਖੋਜਾਰਥੀਆਂ ਦੇ ਨਾਲ ਜੁੜਿਆ ਹੋਇਆ ਇੱਕ ਵਿਸ਼ਾ ਭਾਵ ਸਿੱਖ ਇਤਿਹਾਸਕਾਰਿੰਨਾਂ ਦੇ ਜੁੜਿਆ ਵਿਸ਼ਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਜੇਕਰ ਗੱਲ ਕਰੀਏ ਸਿੱਖ ਇਤਿਹਾਸਕਾਰ ਦੀ ਜੀ ਹਾਂ ਉਹ ਸਿੱਖ ਇਤਿਹਾਸ ਜਿਹੜਾ ਵਿਦਵਾਨਾਂ ਦੇ ਵੱਲੋਂ ਲਿਖਿਆ ਗਿਆ ਅਤੇ ਕਿਸ ਨੂੰ ਆਧਾਰ ਬਣਾਇਆ ਗਿਆ? ਕਿਹੜੇ ਕਿਹੜੇ ਸਿੱਖ ਸਾਹਿਤ ਕਿਹੜੇ ਕਿਹੜੇ ਸਿੱਖ ਸਰੋਤਾਂ ਨੂੰ ਆਧਾਰ ਬਣਾ ਕੇ ਸਾਡੇ ਜਿਹੜੇ ਅੱਜ ਦੇ ਵਿਦਿਆਰਥੀ ਨੇ ਸਿੱਖ ਇਤਿਹਾਸ ਦੀ ਖੋਜ ਕਰਦੇ ਨੇ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰਪੰਥ ਪ੍ਰਕਾਸ਼ ਦੀ ਜੀ ਹਾਂ ਇਹ ਗ੍ਰੰਥ ਕਿਸ ਵੱਲੋਂ ਲਿਖਿਆ ਗਿਆ ਕਿਵੇਂ ਲਿਖਿਆ ਗਿਆ ਇਸ ਦਾ ਨਾਂ ਕਿਵੇਂ ਰੱਖਿਆ ਗਿਆ ਇਸ ਪੂਰੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਵਾਸਤੇ ਪੰਥ ਦੀਆਂ ਦੋ ਬੜੀਆਂ ਪਿਆਰੀਆਂ ਸ਼ਖਸੀਅਤਾਂ ਸਭ ਤੋਂ ਪਹਿਲੇ ਸਾਡੇ ਸਿੱਖ ਚਿੰਤਕ ਅਤੇ ਸਤਿ ਸਤਕਾਰ ਜੋ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਤੇ ਦੂਸਰੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਰਚ ਸਕਾਲਰ ਭਾਈ ਸਤਨਾਮ ਸਿੰਘ ਜੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਭਾਈ ਸਰਤਾਮ ਸਿੰਘ ਤੁਹਾਡੇ ਕੋਲ ਆਵਾਂਗਾ ਤੁਸੀਂ ਲੰਬੇ ਸਮੇਂ ਤੋਂ ਖੋਜ ਦੇ ਵਿਸ਼ਿਆਂ ਨਾਲ ਜੁੜੇ ਹੋ ਜੇਕਰ ਗੱਲ ਕਰੀਏ ਸਿੱਖ ਇਤਿਹਾਸਕਾਰੀ ਦੀ ਸਿੱਖ ਇਤਿਹਾਸ ਨਿਰੰਤਰ ਲਿਖਿਆ ਵੀ ਜਾ ਰਿਹਾ ਹੈ ਨਿਰੰਤਰ ਖੋਜ ਵੀ ਕੀਤੀ ਜਾ ਰਹੀ ਹੈ ਕੁਝ ਸਾਡੇ ਸਿੱਖ ਸਾਹਿਤ ਕੁਝ ਸਾਡੇ ਸਿੱਖ ਸਰੋਤ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਸਾਡਾ ਸਿੱਖ ਇਤਿਹਾਸ ਸੰਗਤਾਂ ਦੇ ਰੂਬਰੂ ਕੀਤਾ ਜਾਂਦਾ ਹੈ ਜੇਕਰ ਉਹਨਾਂ ਸਰੋਤਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਉਹਨਾਂ ਸਰੋਤਾਂ ਵਿੱਚੋਂ ਇੱਕ ਹੈ ਗੁਰੂ ਪੰਥ ਪ੍ਰਕਾਸ਼ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਇਸ ਗ੍ਰੰਥ ਦਾ ਨਾਮ ਕਿਵੇਂ ਪਿਆ ਅਤੇ ਕਿਸ ਵੱਲੋਂ ਲਿਖਿਆ ਗਿਆ ਇਸ ਗ੍ਰੰਥ ਦਾ ਨਾਮ ਜਿਹੜਾ ਆ ਉਹ ਸ੍ਰੀ ਗੁਰ ਪੰਥ ਪ੍ਰਕਾਸ਼ ਇਸ ਗ੍ਰੰਥ ਦੇ ਨਾਮ ਬਾਬਤ ਸਾਨੂੰ ਗਿਆਨੀ ਰਤਨ ਸਿੰਘ ਪੰਗੂ ਜਿਨ੍ਹਾਂ ਦੇ ਪਾਵਨ ਕਲਮ ਨੇ ਇਹ ਗ੍ਰੰਥ ਲਿਖਿਆ ਜੀ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਇਹਦਾ ਨਾਮ ਜਿਹੜਾ ਸ਼ਾਮਿਲ ਕੀਤਾ ਹੈ ਸ੍ਰੀ ਗੁਰ ਪੰਥ ਪ੍ਰਕਾਸ਼ ਜਦੋਂ ਅਸੀਂ ਇਸ ਗ੍ਰੰਥ ਦਾ ਨਾਮ ਵੇਖਦੇ ਹਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਇੱਕ ਸਾਡੇ ਸਾਹਮਣੇ ਇੱਕ ਨਾਮ ਦੂਜਾ ਵੀ ਆਉਂਦਾ ਹੈ ਪ੍ਰਾਚੀਨ ਪੰਥ ਪ੍ਰਕਾਸ਼ ਕੀ ਇਹ ਦੋਨੇ ਗ੍ਰੰਥ ਸੇਮ ਨੇ ਜਾਂ ਫਿਰ ਦੋਨੇ ਗ੍ਰੰਥਾ ਵਿੱਚ ਕੋਈ ਅੰਤਰ ਹੈ ਜੀ ਬਿਲਕੁਲ ਜਦੋਂ ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਸੰਪਾਦਨਾ ਕੀਤੀ 1914 ਈਸਵੀ ਦੇ ਵਿੱਚ ਜੀ ਤੇ ਉਹਨਾਂ ਨੇ ਇਸ ਦਾ ਨਾਮ ਜਿਹੜਾ ਹੈ ਪ੍ਰਾਚੀਨ ਪੰਥ ਪ੍ਰਕਾਸ਼ ਰੱਖਿਆ ਕਿਉਂਕਿ ਉਹਨਾਂ ਤੋਂ ਪਹਿਲਾਂ ਜਿਹੜਾ ਹੈ ਦੋ ਗ੍ਰੰਥ ਸਾਡੇ ਕੋਲ ਪੰਥ ਪ੍ਰਕਾਸ਼ ਦੇ ਰੂਪ ਦੇ ਵਿੱਚ ਲਿਖੇ ਹੋਏ ਸਾਹਮਣੇ ਆਉਂਦੇ ਨੇ ਜੀ ਇੱਕ ਗ੍ਰੰਥ ਰਤ ਸਿੰਘ ਪੰਗੋਜੀ ਦਾ ਤੇ ਦੂਸਰਾ ਗ੍ਰੰਥ ਗਿਆਨੀ ਗਿਆਨ ਸਿੰਘ ਦਾ ਬਿਲਕੁਲ ਉਹਨਾਂ ਨੇ ਉਹਨਾਂ ਦੇ ਵਿੱਚ ਵੱਖਰਤਾ ਰੱਖਣ ਦੇ ਲਈ ਕਿ ਪਾਠਕ ਨੇ ਜਿਹੜੇ ਜਾਂ ਸਿੱਖ ਚਿੰਤਕ ਨੇ ਉਹਨਾਂ ਨੂੰ ਕੋਈ ਭੁਲੇਖਾ ਨਾ ਲੱਗੇ ਵੱਖਰਤਾ ਦਰਸਾਉਣ ਦੇ ਲਈ ਇੱਕ ਕਿਉਂਕਿ ਉਹ ਪਹਿਲਾਂ ਲਿਖਿਆ ਗਿਆ ਤੇ ਦੂਸਰਾ ਬਾਅਦ ਵਿੱਚ ਲਿਖਿਆ ਗਿਆ ਇਸ ਕਰਕੇ ਉਹਨੂੰ ਪ੍ਰਾਚੀਨ ਦਾ ਨਾਮ ਨਾਲ ਸੰਬੋਧਿਤ ਕੀਤਾ ਗਿਆ ਕਿਉਂਕਿ ਪਹਿਲਾਂ ਲਿਖਿਆ ਗਿਆ ਤਾਂ ਪੁਰਾਣਾ ਹੈ ਤੇ ਦੂਸਰਾ ਜਿਹੜਾ ਗਿਆਨੀ ਗਿਆਨ ਸਿੰਘ ਜੀ ਬਿਲਕੁਲ ਭਾਈ ਪ੍ਰਗਟ ਸਿੰਘ ਤੁਸੀਂ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਹੋ ਜਦੋਂ ਅਸੀਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਵੱਲ ਵੇਖਦੇ ਆਂ ਪ੍ਰਚਾਰਕਾਵਲ ਵਿਗਦੇ ਉਹਨਾਂ ਬਲੋ ਕਾਫੀ ਸਰੋਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਸੰਗਤ ਸਿੱਖ ਇਤਿਹਾਸ ਪ੍ਰਚਾਰਿਆ ਜਾਂਦਾ ਹੈ ਇਸ ਗ੍ਰੰਥੋਂ ਤੁਸੀਂ ਕਿੱਥੇ ਵੇਖਦੇ ਹੋ ਅਸਲ ਦੇ ਵਿੱਚ ਸਾਡੇ ਕੋਲ ਜਿੰਨੇ ਵੀ ਪੁਰਾਤਨ ਸਰੋਤ ਹਨ ਸਿੱਖ ਹਿਸਟਰੀ ਦੇ ਨਾਲ ਜੁੜੇ ਹੋਏ ਭਾਵੇਂ ਉਹ ਸਾਖੀਆਂ ਹਨ ਸਾਡੇ ਪੰਥ ਦੇ ਵਿੱਚ ਪਾਈ ਬਾਲੇ ਜੀ ਵਾਲੀ ਸਾਖੀ ਇਹਨਾਂ ਸਾਖੀਆਂ ਨੂੰ ਅਕਸਰ ਘਰਾਂ 'ਚ ਪੜਿਆ ਜਾਂਦਾ ਸੀ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਜੀ ਔਰ ਉਹਨਾਂ ਸਰੋਤਾਂ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜੀਵਨ ਹੈ ਪਰੰਤੂ ਅਗਰ ਜੇ ਅਸੀਂ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕੇ ਸਾਡੇ ਸਿੱਖ ਸ਼ਹੀਦ ਭਾਈ ਮਨੀ ਸਿੰਘ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਭਾਈ ਤਾਰੂ ਸਿੰਘ ਇਹਨਾਂ ਸ਼ਹੀਦਾਂ ਦੇ ਬਾਰੇ ਸਾਨੂੰ ਕੋਈ ਪ੍ਰਾਚਨ ਸਰੋਤ ਨਹੀਂ ਮਿਲਦਾ ਬਜਾਏ ਕਿ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਉਹ ਜਿਹੜਾ 100 ਸਾਲ ਦਾ ਸਮਾਂ ਹੈ ਜਿਹੜਾ ਇੱਕ ਇਤਿਹਾਸ ਦੇ ਵਿੱਚ ਬੜਾ ਵੱਡਾ ਵਕਫਾ ਸੀ ਭਾਈ ਰਤਨ ਸਿੰਘ ਭੰਗੂ ਨੇ ਉਹਨਾਂ ਨੂੰ ਦੂਰ ਕੀਤਾ ਕਿਉਂਕਿ ਉਹ ਆਪ ਉਹਨਾਂ ਦਾ ਪਸ਼ੋਕੜ ਸ਼ਹੀਦਾਂ ਨਾਲ ਜੁੜਦਾ ਹੈ ਯਾਨੀ ਗੁਰਸਮਕਾਲੀ ਕਹਿ ਸਕਦੇ ਆ ਉਹਨਾਂ ਦਾ ਗੁਰ ਪਰਿਵਾਰ ਹੈ ਜਿਹੜਾ ਗੁਰਸਮਕਾਲੀ ਨਹੀਂ ਗੁਰਦੇ ਗੁਰੂ ਸਾਹਿਬ ਜੀ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਸ਼ਹੀਦਾਂ ਦੇ ਨਾਲ ਉਹਨਾਂ ਦਾ ਪਸ਼ੋਕੜ ਜੁੜਦਾ ਹੈ ਇਸ ਕਰਕੇ ਸਾਨੂੰ ਉਹਨਾਂ ਤੋਂ ਬੜੀ ਅਹਿਮ ਜਾਣਕਾਰੀ ਸਾਡੇ ਸ਼ਹੀਦਾਂ ਦੇ ਬਾਬਤ ਪ੍ਰਾਪਤ ਹੁੰਦੀ ਹੈ ਸੋ ਇਸ ਕਰਕੇ ਅਸੀਂ ਉਸ ਗ੍ਰੰਥ ਨੂੰ ਸਾਡੇ ਜਿਹੜੇ ਪ੍ਰਚਾਰਕ ਹਨ ਬੜੀ ਸ਼ਿੱਦਤ ਨਾਲ ਪੜ੍ਹਦੇ ਨੇ ਔਰ ਉਹਦੇ ਤੋਂ ਹੀ ਸਾਨੂੰ ਬੜੀ ਵੱਡੀ ਵਿਡਮੁੱਲੀ ਜਾਣਕਾਰੀ ਸ਼ਹੀਦਾਂ ਬਾਰੇ ਪ੍ਰਾਪਤ ਹੁੰਦੀ ਹੈ ਅਕਸਰ ਵੇਖਿਆ ਜਾਂਦਾ ਹੈ ਜਦੋਂ ਕਿਸੇ ਵਿਦਵਾਨ ਨੇ ਗ੍ਰੰਥ ਲਿਖਣਾ ਹੋਵੇ ਤੇ ਉਸ ਨੂੰ ਕੋਈ ਨਾ ਕੋਈ ਆਧਾਰ ਬਣਾਉਣਾ ਪੈਂਦਾ ਹੈ ਇਹਨਾਂ ਤੋਂ ਪਹਿਲਾਂ ਜਦੋਂ ਰਤਨ ਸਿੰਘ ਭੱਗੂਏ ਗ੍ਰੰਥ ਦੀ ਰਚਨਾ ਕਰੇ ਸਨ ਇਹਨਾਂ ਨੇ ਤੁਸੀਂ ਇਹ ਗ੍ਰੰਥ ਪੜ੍ਹਿਆ ਹੈ ਬਕਾਇਦਾ ਤੁਸੀਂ ਸਟੱਡੀ ਵੀ ਕੀਤੀ ਹੈ ਇਸ ਗ੍ਰੰਥ ਨੂੰ ਲਿਖਣ ਵਾਸਤੇ ਕਿਹੜੇ ਹੋਰ ਸਰੋਤ ਜਿਹੜੇ ਆਧਾਰ ਬਣਾਏ ਗਏ ਨੇ ਇਸ ਬਾਬਤ ਤੋਂ ਆਪਣੇ ਗ੍ਰੰਥੇ ਵਿੱਚ ਹੀ ਉਹ ਲਿਖਦੇ ਨੇ ਕਿ ਅਬ ਮੈਂ ਕਹੂੰ ਸੰਗਨ ਕੀ ਸਾਖੀ ਜਿਹਬਿਤ ਬਡਨ ਅਸਾਡਨ ਆਖੀ ਤੇ ਇਸ ਤੋਂ ਇਲਾਵਾ ਉਹ ਇਹ ਵੀ ਦੱਸਦੇ ਨੇ ਕਿ ਮੈਂ ਜਿਹੜੇ ਉਸ ਵਕਤ ਦੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ ਉਹ ਸਮਾ ਹੱਡੀ ਹੰਡਾਇਆ ਅੱਖੀਂ ਦੇਖਿਆ ਚਸ਼ਮਦੀਦ ਗਵਾਹ ਨੇ ਉਸ ਸਮੇਂ ਦੇ ਆਈ ਵਿਟਨੈਸ ਨੇ ਉਹਨਾਂ ਨਾਲੋਂ ਉਹਨਾਂ ਨੇ ਸੁਣਿਆ ਇਸ ਤੋਂ ਇਲਾਵਾ ਕਿਉਂਕਿ ਉਹ ਗੁਰੂ ਪਰਿਵਾਰ ਦੇ ਵਿੱਚ ਤਾਂ ਨਹੀਂ ਆ ਪਰੰਤੂ ਉਹ ਸ਼ੀਦੀ ਪਰਿਵਾਰ ਦੇ ਵਿੱਚ ਹੋਣੇ ਕਿਉਂਕਿ ਉਹਨਾਂ ਦਾ ਸਬੰਧ ਜਿਹੜਾ ਮਹਿਤਾਬ ਸਿੰਘ ਮੀਰਾਕੋਟੀਆਂ ਦੇ ਨਾਲ ਜੁੜਦਾ ਹੈ ਉਹਨਾਂ ਦੇ ਸੁਪੁੱਤਰ ਜਿਹੜੇ ਰਾਏ ਸਿੰਘ ਨੇ ਤੇ ਰਾਏ ਸਿੰਘ ਦੇ ਸੁਪੁੱਤਰ ਨੇ ਲਤਨ ਸਿੰਘ ਪੰਗੋਤ। ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਨਾਨਕਾ ਪਰਿਵਾਰ ਆ ਉਹ ਕਰੋੜ ਸਿੰਘ ਜਾਂ ਮਿਸਲ ਦੇ ਸ਼ਾਮ ਸਿੰਘ ਦੇ ਨਾਲ ਜੁੜਦਾ ਹੈ ਜਿਹੜੇ ਕਿ ਉਹਨਾਂ ਦੇ ਨਾਨਾ ਜੀ ਨੇ। ਯਾਨੀ ਕਿ ਦੋ ਪੱਖ ਸਾਡੇ ਸਾਹਮਣੇ ਆ ਗਏ। ਇੱਕ ਤਾਂ ਸ਼ਹੀਦ ਪਰਿਵਾਰਾਂ ਨਾਲ ਜੁੜੇ ਹੋਣ ਕਰਕੇ ਤੇ ਦੂਜਾ ਪੱਖ ਸਾਡੇ ਸਾਹਮਣੇ ਆ ਗਿਆ। ਵੀ ਜਿਹੜਾ ਉਹ ਸਰੋਤ ਅਧਿਐਨ ਕਰ ਰਹੇ ਨੇ ਜੀ ਉਹ ਕਿਤੇ ਨ ਕਿਤੇ ਮੌਖਿਕ ਪ੍ਰਕਿਰਿਆਵਿਤ ਵਿੱਚੋਂ ਵੀ ਕੁਝ ਫੁੱਟਨੋਟ ਲਿੱਤੇ ਜਾ ਰਹੇ ਨੇ ਲਿਖਣ ਵਾਸਤੇ। ਦੋ ਪ੍ਰਕਿਰਿਆਵਾਂ ਨੂੰ ਉਹ ਸਾਹਮਣੇ ਲਿਖ ਰੱਖ ਕੇ ਜਿਹੜਾ ਆ ਉਹ ਗ੍ਰੰਥ ਰਚਨ ਦਾ ਯਤਨ ਕਰ ਰਹੇ ਨੇ। ਇੱਕ ਮੌਖਿਕ ਪਰੰਪਰਾ ਇੱਕ ਲਿਖਤ ਪਰੰਪਰਾ ਜੀ ਮੌਖਿਕ ਪਰੰਪਰਾ ਦੇ ਵਿੱਚ ਉਹਨਾਂ ਦਾ ਪਰਿਵਾਰ ਆਪਣਾ ਸ਼ਾਮਿਲ ਹੈ ਜਾਂ ਉਸ ਵਕਤ ਦੇ ਪ੍ਰਾਤਨ ਬਜ਼ੁਰਗ ਨੇ ਜਿਨ੍ਹਾਂ ਨੇ ਉਹ ਸਮਾਂ ਜਿਹੜਾ ਆ ਹੱਡੀ ਹੰਡਾਇਆ ਜਾਂ ਦੇਖਿਆ ਇਸ ਤੋਂ ਇਲਾਵਾ ਉਹ ਇਹ ਵੀ ਜ਼ਿਕਰ ਕਰਦੇ ਨੇ ਕਿ ਮੈਂ ਜਿਹੜਾ ਗੁਰੂ ਸਾਹਿਬਾਨ ਦਾ ਆ ਵੇਰਵਾ ਦਿੱਤਾ ਹੈ ਜਾਂ ਗੁਰੂ ਸਾਹਿਬਾਨ ਪ੍ਰਤੀ ਇਤਿਹਾਸ ਲਿਖਿਆ ਹੈ ਉਸ ਬਾਬਤ ਮੈਂ ਜਨਮ ਸਾਖੀ ਦਾ ਦੇਣ ਕੀਤਾ ਜੀ ਉਹ ਜਦੋਂ ਆਪਾਂ ਕੰਟੈਂਟ ਦੇਖਦੇ ਆ ਇਸ ਗ੍ਰੰਥ ਦਾ ਕਿ ਉਹਦੇ ਵਿੱਚ 30 ਸਾਖੀਆਂ ਜੜੀਆਂ ਨੇ ਹੁੰਦੀਆਂ ਨੇ ਉਹ ਗੁਰੂ ਸਾਹਿਬਾਨ ਨਾਲ ਸੰਬੰਧਿਤ ਨੇ ਇਸ ਤੋਂ ਇਲਾਵਾ 45 ਸਾਖੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਤ ਬਾਕੀ ਜਿਹੜਾ ਸਮੁੱਚਾ ਉਹਦਾ ਪ੍ਰਸੰਗ ਹੈ 170 ਪ੍ਰਸੰਗ ਜਾਂ ਸਾਖੀਆਂ ਨੇ ਉਹਦੇ ਵਿੱਚ ਟੋਟਲ ਲਗਭਗ ਜੀ ਬਾਕੀ ਜਿਹੜੇ ਸਾਰੇ ਪ੍ਰਸੰਗ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੇ ਟਾਈਮ ਪੀਰੀਅਡ ਤੋਂ ਲੈ ਕੇ ਮਿਸਲ ਕਾਲ ਤੱਕ ਜਾਂਦੇ ਨੇ ਜਿਹੜਾ ਸਿੱਖ ਸੰਘਰਸ਼ ਦਾ ਟਾਈਮ ਪੀਰੀਅਡ ਹੈ ਜਾਂ ਮਿਸਲ ਕਾਲ ਦੀ ਸਥਾਪਤੀ ਜਦੋਂ ਸਿੱਖ ਰਾਜ ਦੀ ਸਥਾਪਤੀ ਹੋ ਜਾਂਦੀ ਹੈ ਤੇ ਉਹ ਇਹ ਦੱਸਦੇ ਨੇ ਇਹ ਪਤਾ ਲੱਗਦਾ ਹੈ ਸਾਨੂੰ ਕਿ ਜਿਹੜਾ ਗੁਰੂ ਸਾਹਿਬਾਨ ਦਾ ਉਹਨਾਂ ਨੇ ਜੀਵਨ ਚਿੱਤਰਿਆ ਹੈ ਉਹਦੇ ਵਿੱਚ ਜੋ ਪੇਸ਼ ਕੀਤਾ ਹੈ ਵੀਰਵਾ ਪੇਸ਼ ਕੀਤਾ ਹੈ ਉਹਦੇ ਵਾਸਤੇ ਉਹਨਾਂ ਨੇ ਜਨਮ ਸਾਖੀ ਸਾਹਿਤ ਨੂੰ ਜਿਹੜਾ ਆਪਣਾ ਪਦਾਰ ਬਣਾਇਆ ਇਸ ਤੋਂ ਇਲਾਵਾ ਜਿਹੜਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਆ ਉਹਨੂੰ ਵੀ ਉਹਨਾਂ ਨੇ ਜਿਹੜਾ ਲਿਖਦਾ ਆਪਣਾ ਨਹੀਂ ਕਹਿ ਸਕਦਾ ਕਿ ਸਿੱਖ ਸੋਰਸਸ ਨੂੰ ਉਧਾਰ ਬਣਾ ਕੇ ਇੱਕ ਵੱਡਾ ਨਵਿਕਲ ਗ੍ਰੰਥ ਰਾਜ ਦਿੱਤਾ ਪ੍ਰਗਤ ਸਿੰਘ ਤੁਸੀਂ ਵੀ ਲੰਬੇ ਸਮੇਂ ਤੋਂ ਸਿੱਖ ਸਰੋਤਾਂ ਦਾ ਅਧਿਆਨ ਆਪ ਵੀ ਕਰਦੇ ਹੋ ਸੰਗਤਾਂ ਵਿੱਚ ਉਸ ਦਾ ਇਤਿਹਾਸ ਦੀ ਗੱਲ ਵੀ ਕਰਦੇ ਹੋ ਮੈਂ ਚਾਹਾਂਗਾ ਜਿਹੜਾ ਰਤਨ ਸਿੰਘ ਭੰਗੂ ਦੁਆਰਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਗੁਰਪੰਥ ਪ੍ਰਕਾਸ਼ ਦੀ ਇਹਦੀ ਕਾਵਸ਼ਾਲੀ ਇਹਦੀ ਬੰਤਰ ਵਿਧੀ ਕਿਹੜ ਕਿਹੜੀ ਭਾਸ਼ਾ ਕਿਹੜੇ ਕਿਹੜੇ ਚਿੰਨ ਸਿੰਬਲ ਯੂਜ਼ ਕੀਤੇ ਗਏ ਨੇ ਅਸਲ ਵਿੱਚ ਸਾਡੇ ਬਹੁਤਾਂ ਦੇ ਵਿੱਚ ਜਿਹੜੇ ਸਿੱਖ ਸਰੋਤ ਹਨ ਬਰਾਤਨ ਉਹ ਕਵਿਤਾ ਦੇ ਵਿੱਚ ਹਨ ਕਾਵਸ਼ਾਲੀ ਦੇ ਵਿੱਚ ਹੀ ਹਨ ਇਸ ਤੋਂ ਪਹਿਲਾਂ ਹਾਲਾਂਕਿ ਜਨਮ ਸਾਖੀ ਹੈ ਜਿਹੜੀ ਉਹ ਵਾਰਤਕ ਹੈ ਉਹ ਵਾਰਤਕ ਗਰੁੱਪ ਦੇ ਵਿੱਚ ਹੈ ਵਾਰਤਕ ਗਰੁੱਪ ਵਿੱਚ ਆਉਂਦੀ ਹੈ ਸੋ ਇਹਨਾਂ ਨੇ ਉਹਦੇ ਵਿੱਚ ਬ੍ਰਜ ਭਾਸ਼ਾ ਦਾ ਪ੍ਰਯੋਗ ਕੀਤਾ ਹਾਲਾਂਕਿ ਇਹਨਾਂ ਦੀ ਲਿਖਤ ਤੋਂ ਇਹ ਸਾਨੂੰ ਯਾਦਦਾ ਵੀ ਹੈ ਵੀ ਇਹਨਾਂ ਨੂੰ ਫਾਰਸੀ ਦੀ ਚੰਗੀ ਗਿਆਨ ਸੀ ਔਰ ਜਿਹੜੀ ਇਹਨਾਂ ਦੀ ਕਾਵਸ਼ਾਲੀ ਦੇ ਵਿੱਚ ਉਹਨਾਂ ਚੁਪਈ ਵਰਤੀ ਹੈ ਸਿਰਖੰਡੀ ਛੰਦ ਜਿਹੜੇ ਵਰਤੇ ਹਨ ਸੋ ਇਹਨਾਂ ਦੀ ਜਿਹੜੀ ਕਾਵਸ਼ਾਲੀ ਹੈ ਇਹ ਇੱਕ ਤੇ ਇਹਦੇ ਨਾਲ ਜੁੜੀ ਹੋਈ ਬਾਕੀ ਜਿਹੜੀ ਇਹਨਾਂ ਦੀ ਕਵਿਤਾ ਹੈ ਇੱਕ ਨਾਰਮਲ ਰੂਪ ਦੇ ਵਿੱਚ ਉਹਨੂੰ ਕੋਈ ਪਿੰਗਲ ਦੇ ਮਾਤਰਾਵਾਂ ਦੇ ਅਨੁਸਾਰ ਕੋਈ ਜ਼ਿਆਦਾ ਤਵੱਜੋ ਨਾ ਦੇ ਕੇ ਉਹਨਾਂ ਦਾ ਜਿਹੜਾ ਮੁੱਖ प्रयोजन ਸੀ ਜੋ ਬੁੱਡੇ ਸ਼ਾ ਇਤਿਹਾਸ ਨੂੰ ਲਿਖ ਰਿਹਾ ਸੀ ਉਹਨਾਂ ਦਾ प्रयोजन ਸੀ ਵੀ ਕਿਤੇ ਇਹ ਇਤਿਹਾਸ ਦੇ ਵਿੱਚ ਕੋਈ ਰਲ੍ਹਾ ਪਾ ਕੇ ਸਿੰਘਾਂ ਦੀ ਜਿਹੜੀ ਦੇਖ ਹੈ ਉਹਨੂੰ ਖਰਾਬ ਨਾ ਕਰੇ। ਸੋ ਉਹਨਾਂ ਦਾ ਤੇ ਮੁੱਖ ਜਿਹੜੀ ਭਾਵਨਾ ਅੰਦਰੋਂ ਜੁੜੀ ਹੋਈ ਆ ਕਿਉਂਕਿ ਸ਼ਹੀਦ ਪਰਿਵਾਰ ਨਾਲ ਨੇ ਜੀ ਸੋ ਉਹ ਇਹ ਸੋਚਦੇ ਸਨ ਵੀ ਮੈਂ ਇਤਿਹਾਸ ਨੂੰ ਲਿਖਾਂ। ਸੋ ਉਹਨਾਂ ਨੇ ਇਤਿਹਾਸ ਨੂੰ ਜ਼ਿਆਦਾ ਤਵੱਜੂ ਦੇ ਕੇ ਜ਼ਿਆਦਾ ਜਿਹੜੀ ਜਿਵੇਂ ਅਸੀਂ ਕਵੀ ਸੰਤੋਖ ਸਿੰਘ ਜੀ ਨੂੰ ਵੇਖਦੇ ਆ ਉਹਨਾਂ ਦੇ ਜਿਹੜੇ ਸ਼ੁਰੂ ਦੇ ਮੰਗਲ ਆਉਂਦੇ ਨੇ ਆਮ ਵਿਅਕਤੀ ਤੇ ਉਹਦੇ ਅਰਥ ਹੀ ਨਹੀਂ ਕਰ ਸਕਦਾ। ਬڑے ਪਿੰਗਲ ਦੇ ਅਨੁਸਾਰ ਨੇ ਤੇ ਬੜੇ ਗਹਿਰੇ ਚਿੰਤਨ ਤੋਂ ਬਾਅਦ ਉਹਨਾਂ ਦੇ ਅਰਥ ਕਰਨ ਦੇ ਵਿਅਕਤੀ ਸਮਰੱਥ ਬਣਦਾ ਹੈ ਤੁਸੀਂ ਇੱਥੇ ਅਰਥ ਦੀ ਗੱਲ ਕੀਤੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਬਾਰੇ ਜਾਣਨਾ ਹੋਵੇ ਤੇ ਅਸੀਂ ਉਹਦੇ ਅਰਥ ਦੇਖਦੇ ਹਾਂ ਪੰਕਤੀਆਂ ਦੇ ਅਰਥ ਵੇਖਦੇ ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਨਾ ਹੋਵੇ ਤੇ ਅਸੀਂ ਪਹਿਲੇ ਉਹਦੇ ਸਟਰੀਕ ਵੇਖਦੇ ਹਾਂ ਕੀ ਰਤਨ ਸਿੰਘ ਭੰਗੂ ਦੁਆਰਾ ਲਿਖਿਆ ਹੋਇਆ ਪੰਥ ਪ੍ਰਕਾਸ਼ ਇਹਦੇ ਵੀ ਕੋਈ ਅਰਥਾਵਲੀ ਹੈ ਜਿਨੂੰ ਕਿਹਾਧਾਰਨਾ ਕੇ ਸੰਕਤ ਚ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ ਉਹ ਨਹੀਂ ਆਖਿਆ ਵਾਰਤਕ ਨਹੀਂ ਇਹ ਕਾਫਸ਼ਾਲੀ ਰੂਪ ਦੇ ਵਿੱਚ ਹੈ ਕਾਫਸ਼ਾਲੀ ਵੀ ਕੋਈ ਨਾ ਕੋਈ ਭਾਸ਼ਾ ਹੋਏਗੀ ਉਹਨੂੰ ਅਰਥਾਵਲੀ ਚ ਕਿਵੇਂ ਵਰਤਾਂਗੇ ਅਸਲ ਚ ਉਹਨਾਂ ਦੇ ਅਰਥ ਨਹੀਂ ਉਹਨਾਂ ਦੇ ਜਿਹੜੇ ਔਖੇ ਸ਼ਬਦ ਨੇ ਕੇਵਲ ਉਹਨਾਂ ਦੇ ਅਰਥ ਨੇ ਉਹਨਾਂ ਦੇ ਅਰਥਨ ਭਾਈ ਵੀਰ ਸਿੰਘ ਨੇ ਬਾਕੀ ਬਾਕੀ ਜਿਹੜੀ ਆਪਾਂ ਦੇ ਪਾਠਕਾਂ ਨੂੰ ਇਹ ਵੀ ਬੇਨਤੀ ਕਰਾਂਗਾ ਵੀ ਉਹਦੇ ਵਿੱਚ ਕੋਈ ਔਖਾਈ ਨਹੀਂ ਹੈ ਉਹਦੀ ਜਿਹੜੀ ਭਾਸ਼ਾ ਗੁਰਸੂਰਜ ਪ੍ਰਕਾਸ਼ ਦੇ ਨਾਲ ਉਹ ਸੁਖੈਨ ਹੈ ਉਹਨਾਂ ਦੇ ਵਿੱਚ ਮਤਲਬ ਜਿਹੜੇ ਸ਼ਬਦ ਨੇ ਜਿਵੇਂ ਥੋੜੇ ਦੇ ਸ਼ਬਦ ਨੇ ਜਿਨ੍ਹਾਂ ਨੂੰ ਸਾਨੂੰ ਲੱਗਦਾ ਹੈ ਵੀ ਇਹ ਔਖੇ ਨੇ ਤੇ ਉਹਨਾਂ ਦੇ ਡਾਕਟਰ ਜੀਤ ਸਿੰਘ ਸ਼ੀਤਲ ਨੇ ਜਿਹੜਾ ਅਸੀਂ ਵੇਖਦੇ ਆ 1984 ਦੇ ਵਿੱਚ ਉਹਦਾ ਐਡੀਸ਼ਨ ਉਹਦੇ ਵਿੱਚ ਉਹਨੂੰ ਦਿੱਤੇ ਨੇ ਔਰ ਭਾਈ ਵੀਰ ਸਿੰਘ ਜੀ ਨੇ ਵੀ ਉਹਨਾਂ ਦੇ ਜਿਹੜੇ ਔਖੇ ਅਰਥ ਨੇ ਉਹਨਾਂ ਨੂੰ ਥੱਲੇ ਦਿੱਤਾ ਹੈ ਬਾਕੀ ਬੜੇ ਸੁਖੈਨ ਤਰੀਕੇ ਨਾਲ ਪੜਿਆ ਜਾ ਸਕਦਾ ਔਰ ਉਹਨਾਂ ਦਾ ਜਿਹੜਾ ਲਹਿਜਾ ਹੈ ਉਹ ਸਵਾਲ ਜਵਾਬ ਵਾਲਾ ਹੈ ਮਤਲਬ ਉਹਨਾਂ ਦਾ ਜਿਹੜਾ ਦੱਸਣ ਦਾ ਢੰਗ ਹੈ ਵੀ ਜਿਵੇਂ ਅਸੀਂ ਵਿਦਾਂਤ ਦੇ ਗ੍ਰੰਥ ਰੇਖਦੇ ਆ ਉਹਨਾਂ ਵਿੱਚ ਅਕਸਰ ਸਵਾਲ ਜਵਾਬ ਦਾ ਹੁੰਦਾ ਹੈ ਵੀ ਇਦੋਂ ਸਵਾਲੀਆਂ ਗੁਰਬਾਣੀ ਦੇ ਵਿੱਚ ਅਸੀਂ ਵੇਖਦੇ ਆਂ ਮਹਾਰਾਜ ਕਿ ਕੇਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਇੱਕ ਸਵਾਲ ਜਵਾਬ ਸਵਾਲ ਜਵਾਬ ਬਿਲਕੁਲ ਇਸੇ ਤਰੀਕੇ ਨਾਲ ਉਹਨਾਂ ਨੇ ਵੀ ਸਵਾਲ ਵੀ ਕੈਪਟਨ ਮਰੇ ਨੇ ਮੈਨੂੰ ਪੁੱਛਿਆ ਵੀ ਸਿੱਖਾਂ ਨੂੰ ਰਾਜ ਕਿਵੇਂ ਮਿਲਿਆ ਉਹਨਾਂ ਨੇ ਫਿਰ ਜਵਾਬ ਦਿੱਤਾ ਕਿ ਪਾਇਓ ਤਿੰਨ ਰਾਜ ਤਿੰਨ ਉਹਨਾਂ ਨੇ ਫਿਰ ਅੱਗੇ ਦੱਸਿਆ ਵੀ ਉਹਨਾਂ ਨੂੰ ਰਾਜ ਸਿੰਘਨ ਪਾਦਸ਼ਾਹੀ ਸਾਹਿਬ ਸੱਚੇ ਦਈ ਇਹ ਇੱਕ ਸਵਾਲ ਜਵਾਬ ਦੇ ਰੂਪ ਵਿੱਚ ਉਹ ਚੱਲਦੇ ਨੇ ਯਾਨੀ ਕਿ ਜਵਾਬ ਵੀ ਕਾਵਸ਼ਲੀ ਰੂਪ ਦੇ ਵਿਚਾਰੇ ਕਾਵਸ਼ਲੀ ਜੀ ਸਵਾਲ ਕਾਵਸ਼ਲੀ ਜੀ ਜਵਾਬ ਜੇਕਰ ਇਸ ਸਕ੍ਰਿਪਚਰਸ ਦੀਸ ਰਤਨ ਸਿੰਘ ਪੰਗੋਤਰਾ ਲਿਖੇ ਪੰਦ ਪ੍ਰਕਾਸ਼ ਦੀ ਗੱਲ ਕੀਤੀ ਜਾਵੇ ਥੋੜਾ ਜਿਹਾ ਹੋਰ ਡੂੰਘਾਈ ਤੱਕ ਜਾਇਆ ਜਾਵੇ ਜੀ ਕਿਸ ਨੂੰ ਮੁਖ ਰੱਖ ਕੇ ਗੁਰ ਇਤਿਹਾਸਨ ਮੁਖ ਰੱਖ ਕੇ ਜਾਂ ਸਿੱਖ ਇਤਿਹਾਸ ਮੁਖ ਰੱਖ ਕੇ ਰਚਨਾ ਰਚੀ ਗਈ ਹੈ ਜੀ ਇਹਦਾ ਜਿਹੜਾ ਮੇਨ ਪਰਜੋਜਨ ਆ ਜਿਵੇਂ ਗੱਲ ਕੀਤੀ ਇਹਨਾਂ ਨੇ ਭਾਈ ਸਾਹਿਬ ਨੇ ਕਿ ਉਹਦਾ ਪਰਯੋਜਨਿਆ ਸਿੱਖ ਉਸ ਵਕਤ ਜਿਹੜਾ ਸਿੱਖ ਸੰਘਰਸ਼ਿਆ ਟਾਈਮ ਪੀਰੀਅਡ ਆ ਸਿੱਖ ਚੜ੍ਹਦੀ ਕਲਾ ਵਾਲਾ ਜਿਹੜਾ ਸਿੰਬਲ ਆ ਉਸ ਨੂੰ ਸਾਹਮਣੇ ਲਿਆਉਣਾ ਕਿਉਂਕਿ ਕੈਪਟਨ ਮਰੇ ਜੋ ਕਿ ਲੁਧਿਆਣਾ ਏਜੰਸੀ ਦੇ ਵਿੱਚ ਇੱਕ ਅੰਗਰੇਜ਼ ਅਧਿਕਾਰੀ ਸੀ ਬਿਲਕੁਲ ਉਸ ਤੋਂ ਪਹਿਲਾਂ ਡੇਵਿਡ ਅਖਤਰ ਲੋਨੀ ਜੋ ਕਿ ਕਰਨਲ ਸੀ ਉਹ ਪੰਜਾਬ ਦੇ ਮਸਲਿਆਂ ਸੰਬੰਧੀ ਨਿਯੁਕਤ ਕੀਤੇ ਗਏ ਸਨ ਤੇ ਉਸ ਏਜੰਸੀ ਦੇ ਵਿੱਚ ਮੈਂ ਇਸ ਬਾਬਤ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਅੰਗਰੇਜ਼ਾਂ ਦੀ ਜਿਹੜੀ ਇੱਕ ਸੋਚ ਸੀ ਉਹ ਜਦੋਂ ਵੀ ਕਿਸੇ ਖਿੱਤੇ ਤੇ ਭੂਗੋਲਿਕ ਏਰੀਏ ਤੇ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ ਤੇ ਉਸ ਤੋਂ ਪਹਿਲਾਂ ਉਹ ਉਸ ਖਿੱਤੇ ਦੀਆਂ ਰੀਤੀ ਰਿਵਾਜ ਕਸਟਮਸ ਉਹਦੇ ਵਿਸ਼ਵਾਸ ਉਹਦੀ ਸਭਿਆਚਾਰ ਉਹਦੀ ਪਹਿਲਾਂ ਪੂਰੀ ਸਟੱਡੀ ਕੀਤੀ ਜਾਂਦੀ ਸੀ ਉਹਦੀ ਪਹਿਲਾਂ ਪੂਰੀ ਸਟੱਡੀ ਕੀਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਉਹ ਆਪਣਾ ਪੈਨਟੜਾ ਬਣਾਉਂਦੇ ਸਨ ਕਿਸ ਤੇ ਰਾਜ ਕਿਵੇਂ ਸਟੈਬਲਿਸ਼ ਕੀਤਾ ਉਹਨਾਂ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੰਘ ਅੰਗਰੇਜ਼ਾਂ ਦੇ ਸਾਹਮਣੇ ਕਿਉਂਕਿ ਜਦੋਂ ਇਹ ਲਿਖਿਆ ਜਾ ਰਿਹਾ ਗ੍ਰੰਥ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਤੇ ਅੰਗਰੇਜ਼ਾਂ ਦਾ ਰਾਜ ਜਿਹੜਾ ਸਮੁੱਚੇ ਭਾਰਤ ਦੇਸ਼ ਦੇ ਉੱਤੇ ਹੋ ਗਿਆ ਪਰੰਤੂ ਪੰਜਾਬ ਦੇ ਵਿੱਚ ਅਜੇ ਤੱਕ ਉਹਨਾਂ ਦਾ ਰਾਜ ਨਹੀਂ ਨਹੀਂ ਪੈਰ ਲੱਗੇ ਹਜੇ ਉਹ ਉਹਨਾਂ ਦੇ ਸਾਹਮਣੇ ਇੱਕ ਬੜਾ ਵੱਡਾ ਕੁਐਸਚਨ ਹੈ ਉਹਨਾਂ ਦੀ ਜਗਿਆਸਾ ਦੇ ਮਤਲਬਕ ਕਿ ਸਿੱਖ ਤੇ ਬੋਧ ਥੋੜੀ ਗਿਣਤੀ ਦੇ ਵਿੱਚ ਨੇ ਇੱਥੇ ਇਹਨਾਂ ਦਾ ਕੋਈ ਪੁਰਾਣਾ ਕੋਈ ਇਹੋ ਜਿਹਾ ਇਤਿਹਾਸ ਨਹੀਂ ਕਿ ਇਹਨਾਂ ਦਾ ਕੋਈ ਪਿਤਾ ਪੁਰਖੀ ਦੇਸ਼ ਹੋਵੇ ਜਾਂ ਇਹਨਾਂ ਕੋਲ ਕੋਈ ਬਹੁਤ ਸੈਨਾ ਦਾ ਪ੍ਰਬੰਧ ਹੋਵੇ ਜਾਨਾ ਕੋ ਕੋਈ ਸੰਘਰਸ਼ ਲੜਨ ਦੇ ਜਿਹੜੇ ਕੋਈ ਤੌਰ ਤਰੀਕੇ ਨੇ ਬਹੁਤ ਵੱਡੇ ਵੱਡ ਯਾਮੀ ਹੋਣ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਕੋਈ ਤੋਪਾਂ ਨਹੀਂ ਉਹਨਾਂ ਦੇ ਸਾਹਮਣੇ ਇੱਕ ਕੁਐਸਚਨ ਸੀ ਕਿ ਇਹ ਸਿੱਖਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਰਤਨ ਸਿੰਘ ਭੰਗੂ ਜੀ ਇਸ ਗ੍ਰੰਥ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਲਿਖਦੇ ਨੇ ਤੋ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਹੋ ਸਿੰਘਨ ਪਾਇਓ ਰਾਜ ਕਿੰਮ ਔਰ ਦਿਨੋ ਕਿਨ ਪਾਤਸ਼ਾਹ ਕਿਆ ਬਾਤ ਹੈ ਇਹ ਪ੍ਰਸ਼ਨ ਉੱਤਰ ਰੂਪ ਦੇ ਵਿੱਚ ਜਿਹੜਾ ਇਹ ਗ੍ਰੰਥ ਉਹ ਲਿਖਿਆ ਜਾ ਰਿਹਾ ਹੈ ਇਹਦਾ ਉਹ ਫਿਰ ਉੱਤਰ ਵੀ ਦਿੱਤਾ ਗਿਆ ਸੀ ਜੀ ਇਹਨਾਂ ਨੇ ਬਿਲਕੁਲ ਉਹਦਾ ਉੱਤਰ ਦਿੱਤਾ ਹੈ ਤੋਂ ਫਿਰ ਕਹਿੰਦੀ ਕਿ ਮੈਂ ਉਹਨੂੰ ਇਹ ਗੱਲ ਕਹੀ ਕਿ ਸਿੰਗਨਨ ਜਿਹੜਾ ਰਾਜ ਆ ਉਹ ਪ੍ਰਮਾਤਮਾ ਕੋਲੋਂ ਪ੍ਰਾਪਤ ਕੀਤਾ ਗਿਆ ਸਦਾ ਤੇ ਕਿਉਂਕਿ ਉਹ ਕਹਿੰਦਾ ਕਿ ਤੁਹਾਡਾ ਸ਼ਾਹ ਕੋਣ ਹੈ ਮਰੀ ਕਹਿਓ ਸ਼ਾ ਸੱਚੋ ਕੋਈ ਅਸਾਂ ਕਹੀਓ ਸ਼ਾ ਨਾਨਕ ਜੋ ਕਿ ਜਿਹੜਾ ਸਾਡਾ ਸ਼ਾ ਆ ਕਿਉਂਕਿ ਉਹਨਾਂ ਦੇ ਸਾਹਮਣੇ ਪਾਦਸ਼ਾਹ ਦਾ ਕਨਸੈਪਟ ਜਿਹੜਾ ਕਿਸੇ ਹੋਰ ਤਰੀਕੇ ਦਾ ਆ ਕਿਉਂਕਿ ਵੈਸਟਰਨ ਦੇ ਜਿਹੜੇ ਆਪਣੀ ਥਿਉਰੀਜ਼ ਨੇ ਉਹਨਾਂ ਦੇ ਆਧਾਰ ਤੇ ਜਿਹੜਾ ਆ ਉਹ ਸਿੱਖ ਇਤਿਹਾਸ ਨੂੰ ਵੇਖਣ ਦਾ ਜਿਹੜਾ ਨਜ਼ਰੀਆ ਉਹ ਪੇਸ਼ ਕਰ ਰਹੇ ਨੇ ਕਿ ਪਾਦਸ਼ਾਹ ਦੀ ਜਿਹੜੀ ਉਹ ਉਪਾਧੀ ਆ ਜਾਂ ਮੰਸਬਦਾਰੀ ਦੀ ਜਾਂ ਨਵਾਬੀ ਦੀ ਉਪਾਧੀ ਆ ਉਹ ਤੇ ਬਾਦਸ਼ਾਹ ਖਿੱਲਤ ਰੂਪ ਦੇ ਵਿੱਚ ਪੇਸ਼ ਕਰਦੇ ਨੇ ਤੇ ਇਹਨਾਂ ਦਾ ਪਾਦਸ਼ਾਹ ਕੌਣ ਆ ਜਦੋਂ ਇਹ ਗੱਲ ਉਹਨਾਂ ਦੇ ਸਾਹਮਣੇ ਆਉਂਦੀ ਹੈ ਵੀ ਇਹਨਾਂ ਦਾ ਪਾਦਸ਼ਾਹ ਕੌਣ ਆ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਸ਼ਾ ਨਾਨਕ ਜਿਹੜਾ ਆ ਉਹ ਸਾਡਾ ਪਾਸ਼ਾ ਸਾਡਾ ਪਾਸ਼ਾ ਬਿਲਕੁਲ ਉੱਥੋਂ ਸਾਨੂੰ ਜਿਹੜੀ ਆ ਛੜਦੀ ਕਲਾ ਆ ਸਾਨੂੰ ਜਿਹੜੀ ਉਤਸ਼ਾਹ ਆ ਜੋਸ਼ ਆ ਇੱਕ ਸਿੱਖੀ ਸਪਿਰਟ ਆ ਉਹਦੀ ਜਿਹੜੀ ਭਾਵਨਾ ਸਾਨੂੰ ਮਿਲਦੀ ਆ ਤੇ ਸਾਡਾ ਜਿਹੜਾ ਰਾਜ ਦਾ ਕਨਸੈਪਟ ਆ ਉਹ دنیਵੀ ਬਾਦਸ਼ਾਹਾਂ ਦੀ ਪ੍ਰਵਿਰਤੀ ਦੇ ਤਰ੍ਹਾਂ ਨਹੀਂ ਹੈ ਬਿਲਕੁਲ ਸਾਡਾ ਜਿਹੜਾ ਰਾਜ ਦਾ ਕਨਸੈਪਟ ਆ ਅਕਾਲ ਤਖਤ ਦੇ ਸਾਹਮਣੇ ਉਸਰੇ ਦਰਬਾਰ ਸਾਹਿਬ ਦੀ ਅਧਿਆਤਮਿਕ ਰੌਣ ਦੇ ਵਿੱਚੋਂ ਪ੍ਰਗਟ ਹੁੰਦਾ ਆ ਪ੍ਰਕਾਸ਼ ਸਿੰਘ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਦੋਂ ਅਸੀਂ ਇਸ ਗ੍ਰੰਥ ਦੀ ਗੱਲ ਕਰਦੇ ਆ ਜਤਨ ਸਿੰਘ ਪੰਗਦੋਰਾ ਲਿਖੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਗੱਲ ਜਾਂ ਪੰਥ ਪ੍ਰਕਾਸ਼ ਦੀ ਗੱਲ ਕਰਦੇ ਆ ਇਸ ਗ੍ਰੰਥ ਵਿੱਚ ਕਿਹੜੇ ਕਿਹੜੇ ਅਧਾਇਏ ਵੰਡੇ ਗਏ ਨੇ ਤੇ ਕਿਸ ਲੈਵਲ ਤੱਕ ਵੰਡੇ ਗਏ ਨੇ ਇਹਨਾਂ ਨੇ ਸ਼ੁਰੂਆਤੀ ਤਲ ਦੇ ਉੱਤੇ ਜਿਹੜੇ ਸਿੱਖ ਗੁਰੂ ਸਹਿਬਾਨ ਹਨ ਉਹਨਾਂ ਦੀਆਂ ਸਾਖੀਆਂ ਰੱਖੀਆਂ ਵਿੱਚ ਜਿਵੇਂ ਵੀਰ ਜੀ ਨੇ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਆਪਣੇ ਸਿੱਖ ਸ਼ਹੀਦ ਹਨ ਜੀ ਉਹਨਾਂ ਦੇ ਬਾਰੇ ਇਹਨਾਂ ਗੱਲਬਾਤ ਕੀਤੀ ਨਾਲੇ ਅਸੀਂ ਸ਼ੁਰੂ ਚ ਗੱਲ ਕਰ ਰਹੇ ਸੀ ਅੰਗਰੇਜ਼ਾਂ ਇਹ ਜਿਹੜਾ ਗ੍ਰੰਥ ਹੈ ਐਵੇਂ ਲੱਗਦਾ ਵੀ ਅੰਗਰੇਜ਼ਾਂ ਨੇ ਭਾਈ ਰਤਨ ਸਿੰਘ ਪੰਗੂ ਤੇ ਇੱਕ ਸੁੱਚੀ ਭਾਵਨਾ ਲੈ ਕੇ ਇਸ ਨੂੰ ਲਿਖ ਰਹੇ ਨੇ ਪਰ ਜਿਹੜਾ ਅੰਗਰੇਜ਼ਾਂ ਦਾ ਇਹ ਦੇ ਲਗਾਉਣ ਦੇ ਪਿੱਛੇ ਜੋ ਮੁੱਖ ਟੀਚਾ ਸੀ ਜਿਵੇਂ ਵੀਰ ਜੀ ਨੇ ਦੱਸਿਆ ਕਿਉਂਕਿ ਅੰਗਰੇਜ਼ਾਂ ਨੇ ਕੱਲੇ ਸਿੱਖਾਂ ਦੇ ਗ੍ਰੰਥਾਂ ਦਾ ਹੀ ਤਰਜਮਾ ਨਹੀਂ ਕਰਾਇਆ ਤੁਸੀਂ ਵੇਖੋ ਇੰਗਲਿਸ਼ ਦੇ ਵਿੱਚ ਗੀਤਾ ਇੰਗਲਿਸ਼ ਦੇ ਵਿੱਚ ਕੁਰਾਨ ਤਕਰੀਬਨ ਸਾਡੇ ਜਿਹੜੇ ਉਪਨਿਸ਼ਦ ਸਨ ਪੁਰਾਣ ਸਨ ਉਹਨਾਂ ਦੇ ਸਾਨੂੰ ਪੰਜਾਬੀ ਵਿੱਚ ਤਰਜਮਾ ਨਹੀਂ ਮਿਲਦੇ ਨਹੀਂ ਮਿਲਦੇ ਬਿਲਕੁਲ ਪਰ ਇੰਗਲਿਸ਼ ਦੇ ਵਿੱਚ ਮਿਲਦੇ ਨੇ ਬਿਲਕੁਲ ਇਹਨਾਂ ਦਾ ਕਾਰਨ ਕੀ ਕਿਉਂਕਿ ਕੋਈ ਵੀ ਜੰਗ ਜੰਗੀ ਨੀਤੀ ਹੈ ਉਹਦੇ ਲਈ ਸਾਨੂੰ ਇਹ ਇਹ ਦੇਖਣਾ ਹੀ ਪੈਂਦਾ ਹੈ ਵੀ ਅਗਲੇ ਬੰਦੇ ਕੋਲ ਕਿੰਨੀ ਪਾਵਰ ਹੈ ਤੇ ਅਸੀਂ ਉਹਨੂੰ ਕਿਸ ਹਿਸਾਬ ਦੇ ਨਾਲ ਟੈਕਲ ਕਰਨਾ ਹੈ ਭਾਵੇਂ ਬਾਬੇ ਬੰਦਾ ਸਿੰਘ ਬਹਾਦਰ ਦੀ ਨੀਤੀ ਹੋਵੇ ਸੋ ਇਹ ਜਿਹੜਾ ਗ੍ਰੰਥ ਹੈ ਇਹਨੂੰ ਇਸ ਤਰੀਕੇ ਨਾਲ ਵੰਡਿਆ ਗਿਆ ਤੇ ਇਹਦੇ ਵਿੱਚ ਜੋ ਸ਼ੁਰੂਆਤੀ ਤੌਰ ਤੇ ਜਿਹੜੀਆਂ ਸਾਖੀਆਂ ਨੇ ਉਹ ਸਾਖੀਆਂ ਜਨਮ ਸਾਖੀ ਚੋਂ ਹੀ ਲਈਆਂ ਗਈਆਂ ਨੇ ਔਰ ਤਕਰੀਬਨ ਉਹਨਾਂ ਨੇ ਕਲਯੁਗ ਦੀ ਸਾਖੀ ਲਿਖੀ ਹੈ ਜਿਹੜੀ ਸਾਨੂੰ ਜਨਮ ਸਾਖੀ ਚੋਂ ਮਿਲਦੀ ਹੈ ਕਵੀ ਸੰਤੋਖ ਸਿੰਘ ਜੀ ਕੋਲੋਂ ਹੀ ਮਿਲਦੀ ਹੈ ਉਹਦੇ ਵਿੱਚ ਇਹਨਾਂ ਲਿਖਿਆ ਉਹਨਾਂ ਥੋੜਾ ਜਿਹਾ ਲਿਖ ਕੇ ਇਹਨਾਂ ਬਈ ਕਲਯੁਗ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਨੂੰ ਬਈ ਇਹ ਤੇ ਧਰਮ ਚਲਾਉਣਾ ਚਾਹੁੰਨੇ ਨੇ ਮੈਂ ਧਰਮ ਨੂੰ ਖਤਮ ਕਰਨਾ ਖਤਮ ਕਰਨਾ ਚਾਹੁੰਦਾ ਬਿਲਕੁਲ ਫਿਰ ਉਹਨਾਂ ਥੱਲੇ ਲਿਖਿਆ ਵੀ ਮੈਂ ਇਹਨੂੰ ਹੋਰ ਨਹੀਂ ਲਿਖਣਾ ਇਹਦੇ ਬਾਰੇ ਕੀ ਸਾਖੀ ਹੈ ਜੇ ਕਿਸੇ ਨੂੰ ਲੋੜ ਹੈ ਤੇ ਉਹ ਜਨਮ ਸਾਖੀ ਨੂੰ ਪੜ੍ਹ ਲਓ ਉਹਦੇ ਵਿੱਚ ਸਾਰਾ ਹਵਾਲਾ ਮਿਲ ਜਾਏਗਾ ਮਿਲ ਜਾਏਗਾ ਵੀ ਮੈਨੂੰ ਇੱਕ ਬੜੀ ਥਾਂ ਥਾਂ ਤੇ ਲਿਖਦੇ ਨੇ ਵੀ ਮੈਨੂੰ ਇਹ ਹੈ ਵੀ ਕਿਤੇ ਗ੍ਰੰਥ ਵੱਧ ਨਾ ਜਾਏ ਵੱਡਾ ਨਾ ਹੋ ਜਾਏ ਵੀ ਕਿਉਂਕਿ ਮੈਂ ਇਧਰ ਨਹੀਂ ਪੈਣਾ ਮੈਂ ਸਾਰਾ ਜਿਹੜਾ ਆਪਣਾ ਜੋਰ ਹੈ ਉਹ ਸਿੱਖਾਂ ਦੀ ਜਿਹੜੀ ਕਨਸੈਪਟ ਹੈ ਉਹਦੇ ਤੇ ਰੱਖਣਾ ਔਰ ਉਹ ਸਿੱਖਾਂ ਦੇ ਵਿੱਚ ਬੜੇ ਵਧੀਆ ਸੁੱਚੀ ਭਾਵਨਾ ਸਿੱਖਾਂ ਦੀ ਬੜੀ ਵੱਡੀ ਦੇਖ ਨੂੰ ਪੇਸ਼ ਕਰਦਾ ਇਸ ਗ੍ਰੰਥ ਦੇ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਜਿਹੜਾ ਵੀ ਸਾਡੇ ਕੋਲ ਸਿੱਖ ਸਾਹਿਤ ਇਸ ਇੱਕ ਸਰੋਤ ਆਂਦਾ ਹੈ ਜਿਹੜਾ ਸਾਡੇ ਸਿੱਖ ਇਤਿਹਾਸ ਨੂੰ ਰੂਪ ਰੂਪਮਾਨ ਕਰਦਾ ਹੈ ਉਧਰ ਜ ਕੁਝ ਸਿੰਬਲ ਵਰਤੇ ਗਏ ਨੇ ਜੀ ਸੁਰਪ੍ਰਕਾਸ਼ ਵਿੱਚ ਵੱਖਰੇ ਨੇ ਜਨਮ ਸਾਖੀਆਂ ਦੇ ਵਿੱਚ ਵੱਖਰੇ ਨੇ ਹੈ ਗੁਰੂ ਦੀ ਵਡਿਆਈ ਦੀ ਗੱਲ ਜੀ ਬਿਲਕੁਲ ਹੈ ਗੁਰੂ ਪੰਥ ਦੀ ਸਿਵਸਲਾ ਦੀ ਗੱਲ ਕੀ ਰਤਨ ਸਿੰਘ ਪੰਗੋ ਦੁਆਰਾ ਲਿਖਿ ਹੋਏ ਇਸ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਵੀ ਕੁ ਸਿੰਬਲ ਵਰਤੇ ਗਏ ਨੇ ਜੀ ਬਿਲਕੁਲ ਸਿੰਬਲਾਂ ਦੇ ਨਾਲ ਹੀ ਕੋਈ ਜੜੀ ਲਿਖਤ ਆ ਉਹ ਸਾਹਿਤਕ ਜਿਹੜਾ ਵਡਪਣ ਜਿਹੜਾ ਹੈ ਉਹ ਆਪਣਾ ਪੈਦਾ ਕਰਦੀ ਹੈ ਕੀ ਬਾਤ ਹੈ ਬਹੁਤ ਖੂਬ ਉਹਨਾਂ ਨੇ ਪ੍ਰਤੀਕਾਂ ਦੇ ਰਾਹੀਂ ਇਸ ਸਿੱਖ ਕਿੱਡੇ ਵੱਡੇ ਸੰਘਰਸ਼ੀਲ ਯੋਧੇ ਨੇ ਜੋ ਕਿਸ ਪੈਟਰਨ ਦੇ ਉੱਤੇ ਵੱਡ ਧਕਾਰੀ ਹੋ ਕੇ ਜਿਹੜੇ ਆ ਉਹ ਆਪਣਾ ਜਿਹੜਾ ਸਿੱਖ ਸੰਘਰਸ਼ ਲੜ ਰਹੇ ਨੇ ਜਾਂ ਜੂਰੇ ਨੇ ਉਹ ਸਿੰਬਲ ਵਰਤਦੇ ਨੇ ਕਿ ਕਿਵੇਂ ਸਿੱਖਾਂ ਦੇ ਕੋਲ ਕੋਈ ਰਾਜ ਘਾਟ ਨਹੀਂ ਹੈ ਸਿੱਖਾਂ ਦੀ ਜਿਹੜੀ ਮੌਜੂਦਾ ਸਰਕਾਰ ਆ ਸਥਾਪਤੀ ਸਰਕਾਰ ਆ ਉਹ ਸਿੱਖਾਂ ਦੇ ਘਰ ਘਾਟ ਛੜ ਰਹੀ ਆ ਖਤਮ ਕਰ ਰਹੀ ਆ ਤੇ ਉਹਨਾਂ ਦੇ ਸ਼ਰੀਰਾਂ ਦਾ ਮੁੱਲ ਪੈ ਰਿਹਾ ਉਹਨਾਂ ਦੇ ਸਿਰਾਂ ਦਾ ਮੁੱਲ ਪੈ ਰਿਹਾ ਤੇ ਉਹਨਾਂ ਦੀ ਮੌਤ ਦਾ ਮੁੱਲ ਪੈ ਰਿਹਾ ਕਿ ਜਿਹੜਾ ਸਰੀਰ ਉਹਨਾਂ ਦਾ ਸਿਰ ਲੈ ਕੇ ਆਏਗਾ ਉਹਨੂੰ ਇੰਨੇ ਪੈਸੇ ਮਿਲਣਗੇ ਤੇ ਜਿਹੜਾ ਉਹਨਾਂ ਨੂੰ ਫੜ ਕੇ ਲਿਆਏਗਾ ਕੈਦ ਕਰਵਾਏਗਾ ਤੇ ਉਹਨੂੰ ਇੰਨੇ ਪੈਸੇ ਮਿਲਣਗੇ ਬਿਲਕੁਲ ਤੇ ਉਹ ਇਹ ਸਾਰੇ ਪ੍ਰਤੀਕ ਵਿੱਚ ਵਰਤਦੇ ਨੇ ਕਿ ਕਿਵੇਂ ਉਹ ਸਿੰਘ ਜਿਹੜੇ ਆ ਭੁੱਖਣ ਭਾਣੇ ਰਹਿ ਕੇ ਜੰਗਲਾਂ ਦੇ ਵਿੱਚ ਰਹਿ ਕੇ ਜਿਹੜਾ ਆਪਣਾ ਆਪ ਜਿਹੜਾ ਆ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਹਾੜੀਆਂ ਗੁਫਾਵਾਂ ਦੇ ਵਿੱਚ ਰਹਿ ਕੇ ਜਾਂ ਜੰਗਲਾਂ ਬੇਲਿਆਂ ਤੇ ਜਾਂ ਫਿਰ ਜਿਹੜਾ ਆ ਸ਼ੰਬਾ ਦੇ ਵਿੱਚ ਰਹਿ ਕੇ ਜਿਹੜਾ ਉਹ ਆਪਣਾ ਜੀਵਨ ਬਤੀਤ ਕਰ ਰਹੇ ਨੇ। ਯਾਨੀ ਇਹ ਕਹਿ ਸਕਦੇ ਆ ਗੁਰ ਇਤਿਹਾਸ ਨੂੰ ਕਿਵੇਂ ਖਾ ਰਹੇ ਨੇ, ਕਿਵੇਂ ਰਹਿ ਸੈ ਰਹੇ ਨੇ ਪੂਰਾ ਚਿੱਤਰਣ ਪੇਸ਼ ਕੀਤਾ ਗਿਆ। ਬਿਲਕੁਲ ਇਹਦੇ ਵਿੱਚ ਜਿਹੜਾ ਉਹ ਪੂਰਾ ਚਿੱਤਰਣ ਪੇਸ਼ ਕੀਤਾ ਗਿਆ ਕਿ ਸਿੱਖਾਂ ਕੋਲ ਕੋਈ ਉਸ ਵਕਤ ਰਹਿਣ ਦਾ ਕੋਈ ਵਸੀਲਾ ਨਹੀਂ ਆ। ਉਹ ਜੰਗਲਾਂ ਬੇਲਿਆਂ ਦੇ ਵਿੱਚ ਰਹਿ ਰਹੇ ਨੇ। ਪਰ ਉਹ ਆਪਣੇ ਅੰਦਰੋਂ ਸਹਿਣਸ਼ੀਲਤਾ, ਚੜ੍ਹਦੀ ਕਲਾ, ਜਿੰਦਾਦਿਲੀ ਦਾ ਜਿਹੜਾ ਆ ਉਹ ਜਿਹੜਾ ਵਰਤਾਰਾ ਹੈ ਉਹ ਆਪਣੇ ਨਹੀਂ ਖਤਮ ਕਰਦੇ। ਇਹਦੇ ਵਿੱਚ ਇੱਕ ਹੋਰ ਵੀ ਸਾਨੂੰ ਪਤਾ ਲੱਗਦਾ ਹੈ ਉਹ ਮਤਲਬ ਰਤਨ ਸਿੰਘ ਭੰਗੂ ਹੀ ਲਿਖਦਾ ਵੀ ਸਿੱਖਾਂ ਦੇ ਵਿੱਚ ਉਦੋਂ ਇੱਕ ਗੱਲ ਇਹ ਸੀ ਵੀ ਸਾਨੂੰ ਸਤਿਗੁਰ ਨੇ ਵਚਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤੁਸੀਂ ਰਾਜੇ ਬਣੋਗੇ ਉਹ ਸਤਿਗੁਰ ਕਹਿੰਦਾ ਵੀ ਸਤਿਗੁਰ ਦਾ ਵਚਨ ਟੱਲ ਹੈ ਉਹ ਪੁਰਾਣਾ ਹੈ ਉਹ ਸਤਿਗੁਰ ਦੇ ਵਚਨ ਨੂੰ ਪੂਰਾ ਕਰਨ ਦੇ ਲਈ ਇਹ ਸਾਰੀਆਂ ਤਕਲੀਫਾਂ ਨੂੰ ਆਸਾਨੀ ਨਾਲ ਸਹਰੇ ਨੇ ਕੀ ਬਾਤ ਉਹ ਆਪਣੇ ਘਰਾਂ ਦਾ ਨਾਦਰ ਸ਼ਾ ਪੁੱਛਦਾ ਹੈ ਜਕਰੀਆ ਖਾਨ ਨੂੰ ਇਹਦੇ ਵਿੱਚ ਹੀ ਗ੍ਰੰਥ ਵਿੱਚ ਇਹ ਕਿੱਥੇ ਰਹਿੰਦੇ ਨੇ ਇਹਨਾਂ ਕੋਲ ਹਥਿਆਰ ਕਿਹੜੇ ਨੇ ਜਿਨਨੇ ਜਿੰਨੇ ਅਸੀਂ ਮੈਂ ਇਹਨਾਂ ਦੇ ਘਰ ਤਬਾਹ ਕਰਨਾ ਚਾਹੁੰਦਾ ਕਹਿੰਦਾ ਕਿੱਥੇ ਕਰਾਂਗਾ ਘਰ ਤਬਾਹ ਘੋੜਿਆਂ ਦੀ ਕਾਠੀਆਂ ਤੇ ਇਹਨਾਂ ਦਾ ਰਹਿਣਾ ਹੈ ਰਹਿਣਾ ਸਰ ਬਿਲਕੁਲ ਇਹ ਛੋਲੇ ਖਾਂਦੇ ਨੇ ਕਈ ਵਾਰੀ ਭੁੱਖੇ ਹੀ ਸੋ ਜਾਂਦੇ ਨੇ ਇਹਨਾਂ ਨੂੰ ਇਹਨਾਂ ਨੂੰ ਜਿਹੜੀ ਇਹਨਾਂ ਦੀ ਸ਼ਕਤੀ ਹੈ ਉਹ ਇਹਨਾਂ ਦਾ ਗੁਰੂ ਹੈ ਰਤਨ ਸਿੰਘ ਭੰਗੂ ਫਿਰ ਲਿਖਦਾ ਹੈ ਵੀ ਜਕਰੀਆ ਖਾਨ ਉਹਨੂੰ ਦੋ ਚਾਰ ਗੱਲਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਵੀ ਸੁਣਾਉਂਦਾ ਹੈ ਜਕਰੀਆ ਖਾਨ ਵੀ ਇਹ ਸਤਿਗੁਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਇਹਨਾਂ ਕੋਲ ਸ਼ਕਤੀ ਹੈ ਉਰੋ ਸ਼ਕਤੀ ਦੇ ਨਾਲ ਹੀ ਇਹ ਰਾਜ ਪ੍ਰਾਪਤ ਕਰ ਲੈਣਗੇ ਜਕਰੀਆ ਖਾਨ ਉਹਦੇ ਵਿੱਚ ਫਿਰ ਨਾਦਰ ਸ਼ਾਹ ਨੂੰ ਕਹਿੰਦਾ ਵੀ ਆ ਜੇ ਤੂੰ ਇੰਨਾ ਇੰਨਾ ਨਾਲ ਮਾੜਾ ਕੀਤਾ ਹੈ ਨਾ ਫਿਰ ਮੈਨੂੰ ਲੱਗਦਾ ਵੀ ਰਤਨ ਸਿੰਘ ਭੰਗੂ ਨੂੰ ਗੁਰਬਾਣੀ ਦੀ ਪੰਕਤੀ ਵਿਸ਼ੇਤੇ ਆਉਂਦੀ ਹੋएगी ਉਹਦੇ ਵਿੱਚ ਉਹਨੇ ਥੋੜੀ ਫੁੱਟ ਨੋਟ ਦਿੱਤੀ ਹੈ ਵੀ ਆਪੇ ਬੀਜ ਆਪੇ ਹੀ ਖਾਓ ਕੀ ਬਾਤ ਹੈ ਸੱਚਮੁੱਚ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਪ੍ਰਗਟ ਸਿੰਘ ਜੀ ਜਦੋਂ ਅਸੀਂ ਗੁਰੂ ਘਰਾਂ 'ਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਝਾਤ ਮਾਰਦੇ ਹਾਂ ਉੱਥੇ ਕੁਝ ਸਰੋਤਾਂ ਨੂੰ ਆਧਾਰ ਬਣਾ ਕੇ ਗੁਰ ਇਤਿਹਾਸ ਦੀ ਸਿੱਖ ਇਤਿਹਾਜ਼ੀ ਕਥਾ ਕੀਤੀ ਜਾਂਦੀ ਹੈ ਜਿਵੇਂ ਗੁਰਪ੍ਰਤਾਪ ਸੋਹੇ ਗ੍ਰੰਥ ਹੋ ਗਿਆ ਸਵੇਰੇ ਹੁਕਨਾਮੇ ਦੀ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਕਦੀ ਇਹਨਾਂ ਗ੍ਰੰਥਾਂ ਦੀ ਵੀ ਵਿਚਾਰ ਕੀਤੀ ਜਾਵੇਗੀ ਹਾਂ ਹੋਏਗਾ ਸਮੇਂ ਦੇ ਨਾਲ ਜਿਵੇਂ ਬਦਲਿਆ ਹੈ ਰੁਖ ਕਿਉਂਕਿ ਹੁੰਦਾ ਕੀ ਹੈ ਜਿਹੜੀ ਸਾਡੀ ਕਥਾ ਪ੍ਰਣਾਲੀ ਹੈ ਨਾ ਉਹਦੇ ਦੇ ਯੁੱਗ ਦਾ ਬੜਾ ਫਰਕ ਪੈਂਦਾ ਜੋ ਕਥਾਵਾਜਕ ਹੈ ਉਹ ਇਹ ਵੇਖਦਾ ਵੀ ਲੋਕੀ ਸੁਣਨਾ ਕੀ ਚਾਹੁੰਦੇ ਨੇ ਜਿੱਦਣ ਮਨੁੱਖ ਨੂੰ ਇਹ ਲੱਗੇਗਾ ਇੱਕ ਜਿਹੜਾ ਸੁਣਾਉਣ ਵਾਲਾ ਹੈ ਉਹਨੂੰ ਇਹ ਲੱਗੇਗਾ ਵੀ ਮੈਂ ਸੁਣਾਉਣਾ ਕੀ ਹੈ ਔਰ ਉਹਨੂੰ ਅਗਲੇ ਦੇ ਵਿੱਚ ਮੈਂ ਬੂਸਟ ਕਰਨਾ ਹੈ ਅਗਲੇ ਦੇ ਵਿੱਚ ਉਹਨੂੰ ਦੇ ਦੇਣਾ ਹੈ ਔਰ ਉਹ ਮੈਂ ਕਿਹੜੇ ਤਰੀਕੇ ਵਰਤਾਂਗਾ ਯਾਨੀ ਕਿ ਪ੍ਰਚਾਰਕ ਪਹਿਲੇ ਸੁਚੇਤ ਹੋਵੇ ਪ੍ਰਚਾਰਕ ਪਹਿਲਾਂ ਸੁਚੇਤ ਹੋਵੇ ਸੰਗਤ ਤੇ ਜੈਹੋ ਜਾਂ ਤੁਸੀਂ ਸੰਗਤ ਨੂੰ ਸੁਣਾਉਂਗੇ ਹੌਲੀ ਹੌਲੀ ਸੰਗਤ ਉਹ سانਚੇ ਦੇ ਵਿੱਚ ਢਲ ਜਾਏਗੀ ਇਹ ਇਹਦੇ ਕਈ ਸਾਡੇ ਕੋਲ ਉਦਾਹਰਣ ਨੇ ਤੋ ਸਾਡੇ ਤੇ ਅੱਜ ਦੀ ਕਥਾ ਦੇ ਵਿੱਚ ਮੈਂ ਸਿੱਧਾ-ਸਿੱਧਾ ਵੇਖਦਾ ਕੈਪਟਲਿਜ਼ਮ ਦਾ ਬੜਾ ਵੱਡਾ ਪ੍ਰਭਾਵ ਹੈ ਵੀ ਲੋਕਾਂ ਦੇ ਵਿੱਚ ਹੋੜ ਹੈ ਮਾਇਆ ਦੀ ਫਿਰ ਉਹਦੇ ਵਿੱਚ ਉਸੇ ਤੋਂ ਰਿਲੇਟਡ ਸਾਖੀਆਂ ਵੀ ਮਾਇਆ ਕਿਵੇਂ ਆਏ ਕਿਹੜੇ ਤਰੀਕੇ ਨਾਲ ਕਿਰਪਾ ਕਿਵੇਂ ਸਿਰਫ ਇਹਦੇ ਤੇ ਕੇਂਦ੍ਰਿਤ ਬ੍ਰਹਮ ਗਿਆਨ ਅੱਜ ਦੀ ਕਥਾ ਦੇ ਵਿੱਚੋਂ ਉਹ ਗੈਪ ਹੈ ਵੀ ਜੋ ਹੁਕਮ ਕੀ ਹੈ ਦੁੱਖ ਤੇ ਸੁਖ ਹੁਕਮ ਨੇ ਇਹਨਾਂ ਨੂੰ ਮੰਨਣਾ ਉਹ ਇਹਦੇ ਵਿੱਚੋਂ ਇਸ ਸਮੇਂ ਗਾਇਬ ਹੈ ਪ੍ਰਗਤ ਸਿੰਘ ਤੁਸੀਂ ਵੀ ਸੰਗਤ ਵਿੱਚ ਰਿਓ ਸਤਨਾਮ ਸਿੰਘ ਤੁਸੀਂ ਵੀ ਲੰਬੇ ਸਮੇਂ ਤੋਂ ਬਕਾਇਦਾ ਲਾਇਬ੍ਰੇਰੀ ਚ ਬੈਠ ਕੇ ਗ੍ਰੰਥਾ ਦੀ ਖੋਜ ਕਰ ਰਹੇ ਹੋ ਅਧਿਐਨ ਕਰ ਰਹੇ ਹੋ ਜੇਕਰ ਗੱਲ ਕਰੀਏ ਪੰਥ ਪ੍ਰਕਾਸ਼ ਦੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਖੋਜ ਆਰਥਿਕ ਗ੍ਰੰਥ ਦਾ ਲਾਹਾ ਲੈਣ ਕਿਉਂਕਿ ਵਾਰਤਕ ਨਹੀਂ ਕਾਫਸ਼ਾਲੀ ਦੇ ਰੂਪ ਦੇ ਵਿੱਚ ਹੈ ਕੀ ਖੋਜਾਰਤੀਆਂ ਵਾਸਤੇ ਸਿੱਖ ਇਤਿਹਾਸ ਦੀ ਖੋਜ ਵਾਸਤੇ ਕਿੰਨਾ ਕੁ ਲਾਭ ਦਾ ਅਕਸਿੱਧਾ ਗ੍ਰੰਥ ਹੈ ਜੀ ਬਿਲਕੁਲ ਜਿੱਥੇ ਸਾਨੂੰ ਸਾਡੇ ਇਤਿਹਾਸ ਪ੍ਰਤੀ ਇੱਕ ਰੋਖ ਸਮਝਾਉਂਦਾ ਆ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਕ ਹੁੰਦਾ ਹੈ ਕਿ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਕਿ ਜਾੜੇ ਸਾਡੇ ਜਿਹੜੇ ਬਜ਼ੁਰਗ ਪ੍ਰਾਤਨ ਸਿੰਘ ਨੇ ਜੇਕਰ ਹੀ ਉਹਨਾਂ ਦੀਆਂ ਕਥਾਵਾਂ ਕਹਾਣੀਆਂ ਆਪਣੀ ਆਉਣ ਵਾਲੀ ਪਨੀਰੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਿਖਾਵਾਂਗੇ ਦੱਸਾਂਗੇ ਤਾਂ ਉਹ ਉਹਨਾਂ ਦੇ ਉੱਚ ਪ੍ਰਣਾਏ ਜਿਹੜੇ ਉਹਨਾਂ ਨੇ ਕਾਰਜ ਕੀਤੇ ਨੇ ਜਿਵੇਂ ਉਹਨਾਂ ਦੀ ਸ਼ਖਸੀਅਤ ਆ ਉਹ ਉਹਨਾਂ ਦੇ ਵਿੱਚ ਬਿਰਾਜਮਾਨ ਹੋਵੇਗੀ ਜਿਵੇਂ ਆਪਾਂ ਇੱਕ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਮਾਤਾ ਗੁਜਰੀ ਜੀ ਇਹ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਵਿੱਚ ਜਿਹੜਾ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ ਜਾਂਦਾ ਜੀ ਤੇ ਉਹ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦੀ ਕਥਾ ਉਹਨਾਂ ਦੇ ਪੁਰਾਣੇ ਜਿਹੜੇ ਗੁਰੂ ਸਹਿਬਾਨ ਨੇ ਹੋਰ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਉਹਨਾਂ ਦੀ ਕਥਾ ਸੁਣਾਉਂਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਸਿੱਖੀ ਰੌਂਹ ਤੇ ਇੱਕ ਸਪਿਰਟ ਭਰਦੇ ਨੇ ਕਿ ਦੇਖਣਾ ਕਿਥੇ ਜ਼ਾਲਿਮਾਂ ਦੇ ਸਾਹਮਣੇ ਡਰ ਨਾ ਜਾਣਾ ਕੰਬ ਨਾ ਜਾਣਾ ਇਸ ਕਰਕੇ ਇਹਨਾਂ ਗ੍ਰੰਥਾਂ ਦੀ ਜਿਹੜੀ ਕਥਾ ਆ ਜਾਂ ਉਹਨਾਂ ਦੀ ਜਿਹੜੀ ਖੋਜ ਆ ਖੋਜ ਕਾਰਜ ਹੋਣਗੇ ਤੇ ਤਾਂ ਹੀ ਉਹਨਾਂ ਗ੍ਰੰਥਾਂ ਦੀ ਵਡਮੁੱਲੀ ਸਾਹਿਤਕ ਪੱਖ ਜੋ ਉਹਨਾਂ ਦੇ ਵਿੱਚ ਜੋ ਯੁੱਗ ਚਿੱਤਰਣ ਕੀਤਾ ਗਿਆ ਉਸ ਵਕਤ ਦਾ ਜੋ ਉਹਦੇ ਉਸ ਇਤਿਹਾਸ ਦਾ ਵਿਖਿਆਨ ਹੈ ਉਹ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਧੁਨਿਕ ਸਮੇਂ ਦੇ ਵਿੱਚ ਉਹ ਪੈਦਾ ਹੋਵੇਗਾ ਸਾਹਮਣੇ ਆਵੇਗਾ ਤੇ ਤਾਂ ਹੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਤੋਂ ਕੋਈ ਲਾਹਤ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਉਣ ਵਾਲੀ ਪਨੀਰੀ ਹੈ ਸਿੱਖ ਇਤਿਹਾਸ ਖੋਜਣਾ ਚਾਹਦੀ ਹੈ ਪਰ ਉਹ ਹੀ ਖੋਜਣਾ ਚਾਹਦੀ ਜੀ 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 ਉਹਨਾਂ ਦੀ ਆਪਣੀ ਮਾਂ ਬੋਲੀ ਵਿੱਚ ਮਿਲ ਜਾਵੇ ਆਪਣੀ ਰੋਜ਼ਾਨਾ ਦੀ ਗੱਲਬਾਤ ਵਾਲੀ ਲੈਂਗੁਏਜ ਮਿਲ ਜਾਵੇ ਜੀ ਕਿੰਨਾ ਕੁ ਸਮਾਂ ਲੱਗਦਾ ਹੈ ਸਿੱਖਣ ਵਾਸਤੇ ਜੀ ਇਹਦੇ ਵਿੱਚ ਕੋਈ ਖਾਸ ਉਹਨਾਂ ਨੇ ਔਕੀ ਭਾਸ਼ਾ ਜਾਂ ਸ਼ਬਦਾਵਲੀ ਨਹੀਂ ਵਰਤੀ ਦੂਸਰੀ ਗੱਲ ਇਹ ਕਿ ਉਸ ਵਕਤ ਦੇ ਸਮੇਂ ਦੀ ਬ੍ਰਿਜ ਭਾਸ਼ਾ ਜਾਂ ਪੰਜਾਬੀ ਆਪਸ ਦੇ ਵਿੱਚ ਉਸ ਵਕਤ ਦੇ ਖਿੱਤੇ ਦੇ ਵਿੱਚ ਸਮਝ ਲਈ ਜਾਂਦੀ ਸੀ ਆ ਸਮੇਂ ਦੇ ਫਰਕ ਦੇ ਨਾਲ ਉਹ ਫਰਕ ਪਿਆ ਕਿ ਬ੍ਰਜ ਤੁਹਾਨੂੰ ਥੋੜੀ ਸਮਝਣੀ ਔਖੀ ਲੱਗਦੀ ਸੀ ਪਰੰਤੂ ਇਹ ਸਾਡੇ ਸਾਹਮਣੇ ਕੋਈ ਸਮੱਸਿਆ ਨਹੀਂ ਕਿਉਂਕਿ ਕਿਸੇ ਵੀ ਭਾਸ਼ਾ ਨੂੰ ਸਮਝਣ ਦੇ ਵਾਸਤੇ ਸਾਡੇ ਕੋਲ ਰਿਸਰਚ ਟੂਲ ਬਹੁਤ ਜ਼ਿਆਦਾ ਉਪਲਬਧ ਨੇ ਸਾਡੇ ਕੋਲ ਕੋਸ਼ ਨਹੀਂ ਮਹਾਨ ਕੋਸ਼ ਵਰਗੀ ਇੱਕ ਵੱਡੀ ਰਚਨਾ ਉਪਲਬਧ ਹੈ ਇਸ ਤੋਂ ਇਲਾਵਾ ਕਈ ਹੋਰ ਜਿਹੜੇ ਪੰਜਾਬੀ ਦੇ ਜਾਂ ਬ੍ਰਜ ਭਾਸ਼ਾ ਦੇ ਹੋਰ ਨਾ ਭਾਸ਼ਾਵਾਂ ਦੇ ਸਾਡੇ ਕੋਲ ਕੋਸ਼ ਉਪਲਬਧ ਨੇ ਜਿਹੜੇ ਸਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਮੋਹਿਆ ਨੇ ਪਰੰਤੂ ਕੁਝ ਵਿਦਵਾਨ ਕੁਝ ਸਾਡੇ ਸਕਾਲਰ ਇਹ ਵੀ ਕਹਿ ਰਹੇ ਨੇ ਇਹ ਜਿਹੜੇ ਗ੍ਰੰਥ ਨੇ ਕੇਵਲ ਤੇ ਕੇਵਲ ਲਾਇਬ੍ਰੇਰੀਆਂ ਦਾ ਸ਼ਿੰਗਾਰ ਨੇ ਭਗਤ ਸਿੰਘ ਤੁਸੀਂ ਵੀ ਲੰਬੇ ਸਮੇਂ ਤੋਂ ਗੁਰਪ੍ਰਤਾਪ ਸੂਰਜ ਗ੍ਰੰਤੀ ਤੁਸੀਂ ਕਥਾ ਰੋਜ਼ਾਨਾ ਕਰ ਰਹੇ ਹੋ ਤੁਹਾਡਾ ਚਿਤ ਨਹੀਂ ਕਰਦਾ ਕਿ ਸਾਡੇ ਆਉਣ ਵਾਲੇ ਪ੍ਰਚਾਰਕਾਂ ਦੇ ਗ੍ਰੰਥਾਂ ਨੂੰ ਵੀ ਅੱਗੇ ਲੈ ਕੇ ਜਾਣ ਕੇਵਲ ਇੱਕੋ ਗ੍ਰੰਥਕ ਸੀਮਤ ਸਾਡੇ ਰਹਿ ਜਾ ਜ਼ਰੂਰ ਚਾਹੀਦਾ ਹੈ ਵੀ ਆਉਣ ਵਾਲੇ ਇਹ ਉਹਦੇ ਵਿੱਚ ਇੱਕ ਇੱਕ ਹੋਰ ਥੋੜੀ ਜਿਹੀ ਜਿਹੜੀ ਮੈਂ ਕਹਾਂਗਾ ਸੂਰਜ ਪ੍ਰਕਾਸ਼ ਦੀ ਅਗਰ ਅਸੀਂ ਤੁਲਨਾ ਕਰੀਏ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ ਜਿਹੜੇ ਕਵੀ ਜੀ ਨਾਨਕ ਪ੍ਰਕਾਸ਼ ਲਿਖਦੇ ਉਹ ਪਹਿਲਾਂ ਸੰਗਤ ਦੇ ਵਿੱਚ ਉਹਦੀ ਕਥਾ ਆਪ ਹੀ ਕਰਦੇ ਸਨ ਬੂੜੀਏ ਵਿੱਚ ਬੈਠ ਕੇ ਉਹ ਸੰਗਤ ਨੂੰ ਸੁਣਾਉਂਦੇ ਸਨ ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਗ੍ਰੰਥ ਲਿਖਿਆ ਉਹ ਲਿਖਿਆ ਹੀ ਕਥਾ ਛੱਲੀ ਦੇ ਹਿਸਾਬ ਨਾਲ ਕਥਾ ਛੱਲੀ ਦੇ ਹਿਸਾਬ ਨਾਲ ਜੋ ਆਪਣਾ ਗੁਰੂ ਬਟ ਜਿਹੜਾ ਗੁਰਪਤ ਪ੍ਰਕਾਸ਼ ਹੈ ਉਹ ਇਹ ਕੇਵਲ ਇਤਿਹਾਸਕਾਰ ਹੈ ਉਹਨਾਂ ਨੇ ਸਿਰਫ ਇਤਿਹਾਸ ਦੇ ਹਿਸਾਬ ਨਾਲ ਲਿਖਿਆ ਉਹਨਾਂ ਦੀ ਹੁਣ ਹੁੰਦਾ ਕੀ ਹੈ ਕਥਾ ਦੇ ਵਿੱਚ 1 ਘੰਟੇ ਦਾ ਸਮਾਂ ਹੁਣ ਜਿਹੜੀ ਇੱਕ ਸਾਖੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਤੇ ਉਹ ਕਵੀ ਆਪ ਨੇ ਖੁਦ ਬੜੇ ਵੱਡੇ ਕਵੀ ਸੰਤੋਖ ਸਿੰਘ ਜੀ ਉਹ ਇਹੋ ਜੇ ਬ੍ਰਤਾਂਤ ਸਿਰਜ ਦਿੰਦੇ ਨੇ ਜਿਹੜਾ ਸਰੋਤਾ ਉਹਦਾ ਬਨਿਆ ਜਾਂਦਾ ਬਨਿਆ ਜਾਂਦਾ ਉਹਦੇ ਦਿਲ ਹੀ ਨਹੀਂ ਕਰਦਾ ਉੱਠ ਜਾਵਾਂ ਇੱਥੋਂ ਹੁਣ ਅਗਰ ਅਸੀਂ ਇਸ ਦੀ ਗੱਲ ਕਰਦੇ ਹਾਂ ਸ੍ਰੀ ਗੁਰੂ ਪ੍ਰੰਤ ਪ੍ਰਕਾਸ਼ ਦੀ ਉਹਦੀ ਇੱਕ ਪੰਕਤੀ ਦੇ ਵਿੱਚ ਹੀ ਉਹਨਾਂ ਬੜੀ ਵੱਡੀ ਗੱਲ ਨੂੰ ਇੱਕ ਪੰਕਤੀ ਦੇ ਵਿੱਚ ਹੀ ਰੱਖ ਦਿੱਤਾ ਪਰ ਸੰਗਤ ਸਾਹਮਣੇ ਤਾਂ ਲੈ ਕੇ ਜਾਣਾ ਪਵੇਗਾ ਸਾਡਾ ਇਤਿਹਾਸਿਕ ਸਰੋਤ ਹੈ ਲੈ ਕੇ ਜਾਣਾ ਪਵੇਗਾ ਉਹਦੇ ਵਿੱਚ ਇਹ ਹੋ ਸਕਦਾ ਹੈ ਵੀ ਇਹਦੇ ਵਿੱਚ ਜਿਹੜੀਆਂ ਸਾਖੀਆਂ ਨੇ ਉਹਨਾਂ ਨੂੰ ਵਾਰਤਕ ਦੇ ਵਿੱਚ ਲਿਖਿਆ ਜਾਵੇ ਵਾਰਤਕ ਦੇ ਵਿੱਚ ਲਿਖੇ ਉਹ ਅੱਜ ਜਿਵੇਂ ਭਾਈ ਮਨੀ ਸਿੰਘ ਜੀ ਦਾ ਦਿਹਾੜਾ ਆਉਂਦਾ ਹੈ ਜਾਂ ਸ਼ਿੱਧੀ ਦਿਹਾੜਾ ਹੁੰਦਾ ਹੈ ਭਾਈ ਤਾਰੂ ਸਿੰਘ ਜੀ ਦਾ ਉਹਨਾਂ ਚੋਟੇਸ਼ਨ ਲਈ ਜਾਵੇ ਉਹਨਾਂ ਚੋਟੇਸ਼ਨ ਲਈ ਜਾਏ ਉਹਨਾਂ ਕੋਟੇਸ਼ਨਾਂ ਨੂੰ ਦੱਸਿਆ ਜਾਏ ਵੀ ਰਤਨ ਸਿੰਘ ਭੰਗੂ ਹਨ ਔਰ ਇਹ ਇਹ ਸੰਗਤ ਨਹੀਂ ਪੜੇਗੀ ਸੰਗਤ ਇੰਨਾ ਸਮਾਂ ਨਹੀਂ ਸੰਗਤ ਕੋਲ ਇਹਨਾਂ ਨੂੰ ਸਿਰਫ ਸਾਡੇ ਪ੍ਰਚਾਰਕ ਪੜਨ ਜਾਂ ਕਥਾਵਾਚਕ ਪੜਨ ਔਰ ਉਹੀ ਸੰਗਤ ਕੋਲ ਟ੍ਰਾਂਸਫਰ ਕਰਨ ਬਿਲਕੁਲ ਸੰਗਤ ਖੁਜਾਰਤੀ ਨਹੀਂ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਬੜੀ ਖੁਸ਼ੀ ਹੋਈ ਉਸ ਮਹਾਨ ਇਤਿਹਾਸਕ ਸੋਤ ਬਾਰੇ ਗੱਲਬਾਤ ਕਰਕੇ ਸਾਡੇ ਵਿਡਮੁੱਲਾ ਫਰਜਬੰਦਾ ਜਿਨ੍ਹਾਂ ਦੇ ਕੋਲ ਪੰਤੀ ਸੇਵਾ ਸੰਭਾਲਾਈ ਹੈ ਜਿਹੜੇ ਰੋਜ਼ਾਨਾ ਗੁਰੂ ਘਰ ਨਾਲ ਜੁੜੇ ਨੇ ਜਿਹੜੇ ਪ੍ਰਬੰਧਕ ਸ਼੍ਰੇਣੀ ਦੇ ਵਿੱਚ ਨੇ ਉਹ ਕੋਸ਼ਿਸ਼ ਕਰਨ ਜਿੱਥੇ ਅਸੀਂ ਰੋਜ਼ਾਨਾ ਸਵੇਰੇ ਅਮਰਤ ਵੇਲੇ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅਮੇ ਦੀ ਲੜੀਵਰ ਕਥਾ ਦੀ ਗੱਲ ਹੁੰਦੀ ਹੈ ਵਿਚਾਰ ਕੀਤੀ ਜਾਂਦੀ ਹੈ ਸ਼ਾਮ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਵਿਚਾਰ ਕੀਤੀ ਜਾਂਦੀ ਹੈ ਉੱਥੇ ਸਾਡੇ ਇਹ ਜਿਹੜੇ ਇਤਿਹਾਸਕ ਸਰੋਤ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਦਿਆਰਥੀ ਖੋਜ ਕਰ ਰਹੇ ਨੇ ਤੋਂ ਇਤਿਹਾਸ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਅਸੀਂ ਰੋਜ਼ਾਨਾ ਸੰਗਤ ਦੇ ਵਿੱਚ ਵੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਆਈਏ ਤਾਂ ਜੋ ਸਾਡਾ ਇਤਿਹਾਸ ਆਮ ਸੰਗਤ ਨੂੰ ਵੀ ਪਤਾ ਲੱਗ ਸਕੇ ਸੋ ਗੁਰੂ ਕੀ ਪੈਰੀ ਸਾਧ ਸੰਗਤ ਜੀ ਇਹ ਸੀ ਉਹ ਮਹਾਨ ਸਿੱਖ ਸਰੋਤ ਬਾਰੇ ਅਹਿਮ ਜਾਣਕਾਰੀ ਆਪ ਦਾ ਬਹੁਤ ਬਹੁਤ ਧੰਨਵਾਦ ਬੜੇ ਥੋੜੇ ਸਮੇਂ ਤੁਸੀਂ ਬੜੀ ਮੁੱਲੀ ਜਾਣਕਾਰੀ ਸਾਡੇ ਸੰਗਤਾਂ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ